ਸੰਗਰੂਰ ਦੇ ਮੂਨਕ ਵਿਖੇ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਮੌਜੂਦਾ ਚੇਅਰਪਰਸਨ ਯੋਜਨਾ ਬੋਰਡ ਪੰਜਾਬ ਦੇ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਚੋਣ ਪ੍ਰਚਾਰ ਦਫ਼ਤਰ ਦਾ ਸ਼ੁਭ ਆਰੰਭ ਆਪਣੇ ਘਰ ਕਮਲਾਂ ਦੇ ਨਾਲ ਕੀਤਾ। ਰੀਬਨ ਕੱਟਣ ਦੀ ਰਸਮ ਬੀਬੀ ਅਤੇ ਕੇਵਲ ਸਿੰਘ ਢਿੱਲੋਂ ਨੇ ਸਾਂਝੇ ਤੌਰ ਦੇ ਉੱਤੇ ਅਦਾ ਕੀਤੀ ਹੈ। ਇਸ ਮੌਕੇ ਦੇ ਉੱਤੇ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਮੂਨਕ ਅਤੇ ਪਿੰਡ ਦੇ ਲੋਕ ਉੱਥੇ ਮੌਜੂਦ ਸਨ। ਦੇਖੋ ਅੱਜ ਆਫਿਸ ਖੋਲਿਆ, ਹਨੇਰੀ ਆਈ ਪਈ ਆ, ਲੋਕੀ ਇੰਨਾ ਪਿਆਰ ਦੇ ਰਹੇ, ਇੰਨਾ ਸਤਿਕਾਰ ਦੇ ਰਹੇ ਆ। ਕਿਉਂ ਕਿ ਪਿਛਲੇ 5 ਸਾਲ ਭਗਵੰਤ ਮਾਨ ਨੇ ਇੱਕ ਵੀ ਪ੍ਰੋਜੈਕਟ ਨਹੀਂ ਲਿਆਂਦਾ, ਲੋਕਾਂ ਨਾਲ ਧੋਖਾ ਕੀਤਾ, ਚੁਟਕਲੇ ਸੁਣਾਏ ਆ। ਲੋਕਾਂ ਨੂੰ ਪਤਾ ਲੱਗ ਗਿਆ ਵੀ ਚੁਟਕਲੇ ਨਹੀਂ, ਜੋ ਅਸੀਂ ਚੁਣ ਕੇ ਪਾਰਲੀਮੈਂਟ 'ਚ ਭੇਜਦੇ ਹਾਂ ਸਾਡੇ ਕੰਮ ਆਉਣੇ ਚਾਹੀਦੇ ਆ। ਆਪਣੇ ਸਾਰੇ ਐਸ ਸੰਗਰੂਰ ਪਾਰਲੀਮੈਂਟ ਵਿੱਚ 2 ਵੱਡੇ ਜ਼ਿਲ੍ਹੇ ਪੈਂਦੇ ਆ, ਇੱਕ ਵੀ ਯੂਨੀਵਰਸਿਟੀ, ਬੱਚੇ ਕਿੱਥੇ ਪੜ੍ਹਨਗੇ? ਯੂਨੀਵਰਸਿਟੀ ਆਈ ਬਠਿੰਡੇ ਚਲੇਗੀ। ਭਗਵੰਤ ਮਾਨ ਨੇ ਕਿਉਂ ਨਹੀਂ ਲਿਆਂਦੀ? ਕੋਈ ਵੱਡਾ ਕਾਰਖਾਨਾ ਕਿਉਂ ਨਹੀਂ ਲਿਆਂਦਾ? ਕੋਈ ਹਸਪਤਾਲ ਕਿਉਂ ਨਹੀਂ ਲਿਆਂਦਾ? ਸੋ ਲੋਕ ਇਹਨਾਂ ਤੋਂ ਤੰਗ ਹੋ ਗਏ। ਹੁਣ ਵੀ ਸਾਨੂੰ ਕੱਲ੍ਹ ਵੀ ਸਦੋਆ ਸਾਹਿਬ ਨੇ ਜੁਆਇਨ ਕੀਤਾ। ਇਹ ਸਾਰੇ ਇੱਕ ਇੱਕ ਕਰਕੇ ਸਾਰੇ ਆਮ ਆਦਮੀ ਪਾਰਟੀ ਵਾਲੇ ਜਿੰਨੇ ਹੈਗੇ ਆ, ਉਹਨਾਂ ਨੂੰ ਪਤਾ ਲੱਗ ਗਿਆ ਜਿਹੜਾ ਭਗਵੰਤ ਮਾਨ ਹੈ ਕੁਰਸੀ ਦਾ ਭੁੱਖਾ, ਕੇਜਰੀਵਾਲ ਕੁਰਸੀ ਦਾ ਭੁੱਖਾ, ਦੋਨੇ ਰਲੇ ਵੇ ਆ। ਭਗਵੰਤ ਮਾਨ ਦਾ ਦਿਮਾਗ ਸੀ ਵੀ ਮੈਂ ਕਿਤੇ ਮੁੱਖ ਮੰਤਰੀ ਬਣ ਜੂ, ਇਹ ਫੇਲ ਹੋ ਗਿਆ। 19 ਤਰੀਕ ਨੂੰ ਵੋਟਾਂ ਪਾ ਕੇ 23 ਤਰੀਕ ਨੂੰ ਜਿਹੜੀ ਝਾੜੂ ਵਾਲੀ ਪਾਰਟੀ ਦਾ ਸਫਾਇਆ ਹੋ ਜਾਣਾ। ਮੇਰਾ ਮੁੱਦਾ ਇੱਕੋ ਹੀ ਆ ਜੀ, ਮੈਂ ਪਹਿਲਾਂ ਕਹਿ ਚੁੱਕਿਆ ਬੜਾ ਸਪਸ਼ਟ ਆ, ਕੇਵਲ ਸਿੰਘ ਢਿੱਲੋਂ ਦਾ ਮੁੱਦਾ ਇੱਕ ਆ ਵਿਕਾਸ ਦਾ। ਇੱਥੇ ਆਪਾਂ ਨੂੰ ਵਿੱਦਿਆ 'ਚ ਆਪਾਂ ਪਛੜੇ ਪਏ ਹਾਂ, ਆਪਾਂ ਸਿਹਤ ਵੱਲੋਂ ਪਛੜੇ ਪਏ ਹਾਂ, ਆਪਾਂ ਜਿਹੜਾ ਕੰਮ ਕਾਰ ਆ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਵੱਡਾ ਕਾਰਖਾਨਾ, ਵਧੀਆ ਯੂਨੀਵਰਸਿਟੀ ਤੁਹਾਡੇ ਵੀਰ ਨੇ ਲੈ। ਲਹਿਰਾ ਗਾਗਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ।